are watching Channel Y. Channel Y, a South Asian Canadian channel. ਪੰਜਾਬ ਡੈਮੋਕਰੈਟਿਕ ਅਲਾਈਅੰਸ ਵੱਲੋਂ ਅੱਜ ਪਟਿਆਲਾ ਵਿਖੇ ਬਿਜਲੀ ਬਿੱਲਾਂ ਨੂੰ ਲੈ ਕੇ ਧਰਨਾ ਦਿੱਤਾ ਜਾ ਰਿਹਾ ਸੀ। ਤੁਸੀਂ ਦੇਖ ਸਕਦੇ ਹੋ ਕਿ ਸੁਖਪਾਲ ਸਿੰਘ ਖਹਿਰਾ ਜੋ ਖੁਦ ਇਸ ਧਰਨੇ ਦੀ ਅਗਵਾਈ ਕਰ ਰਹੇ ਨੇ ਉਹ ਧਰਨੇ ਤੇ ਬੈਠੇ ਨੇ। ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਸੁਖਪਾਲ ਖਹਿਰਾ ਹੋਰ ਵੀ ਜਿਹੜੇ ਨੇ ਉਹ ਧਰਨੇ ਦੀ ਅਗਵਾਈ ਕਰਦੇ ਹੋਏ ਨਜ਼ਰ ਆ ਰਹੇ ਨੇ। ਉਹਨਾਂ ਦੇ ਨਾਲ ਪੰਜਾਬ ਡੈਮੋਕਰੈਟਿਕ ਅਲਾਈਅੰਸ ਦੇ ਦੂਜੇ ਦਲ ਵੀ ਜਿਹੜੇ ਨੇ ਜਿਨ੍ਹਾਂ 'ਚ ਡਾਕਟਰ ਤਰਨਵੀਰ ਗਾਂਧੀ ਹੋਰੀ ਅਤੇ BSP ਅਤੇ CPI ਦੇ ਲੀਡਰ ਵੀ ਜਿਹੜੇ ਹੈਗੇ ਇਸ ਧਰਨੇ 'ਚ ਸ਼ਾਮਿਲ ਹੋਏ ਨੇ। ਮੰਗਾਂ ਉਹੀ ਨੇ ਕਿ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਮੁਹੱਈਆ ਕਰਾਈ ਜਾਵੇ, ਜਿਸ ਨੂੰ ਲੈ ਕੇ ਬਿਜਲੀ ਬੋਰਡ ਦੇ ਬਾਹਰ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਧਰਨਾ ਜਿਹੜਾ ਉਹ ਬਿਜਲੀ ਬੋਰਡ ਦੇ ਬਾਹਰ ਜਿਹੜਾ ਹੈਗਾ ਇਹ ਧਰਨਾ ਦਿੱਤਾ ਜਾ ਰਿਹਾ ਹੈਗਾ। ਪੰਜਾਬ ਦਾ ਮੁੱਖ ਦਫ਼ਤਰ ਬਿਜਲੀ ਬੋਰਡ ਪਟਿਆਲਾ ਵਿੱਚ ਸਥਿਤ ਹੈ, ਜਿਸ ਨੂੰ ਲੈ ਕੇ ਅੱਜ PDA ਦੇ ਅਲਾਈਅੰਸ ਦਲ ਜਿਹੜੇ ਨੇ ਅੱਜ ਉਹਦੇ ਧਰਨਾ ਦੇ ਰਹੇ ਨੇ। ਇਹਨਾਂ ਦੇ ਅਨੁਸਾਰ ਸੁਖਪਾਲ ਖਹਿਰਾ ਨੇ ਚੈਨਲ Y ਦੇ ਨਾਲ ਵੀ ਗੱਲਬਾਤ ਦੇ ਦੌਰਾਨ ਜਿਹੜਾ ਹੈਗਾ ਇਹ ਗੱਲਬਾਤ ਕਹੀ ਹੈ ਕਿ ਪੰਜਾਬ ਦੇ ਵਿੱਚ ਸੱਤਾ ਪ੍ਰਾਪਤੀ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਅਤੇ ਉਹਨਾਂ ਦੇ ਸਰਕਾਰ ਦੇ ਨੇਤਾਵਾਂ ਨੇ ਇਹ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਬਿਜਲੀ ਸਸਤੀ ਕੀਤੀ ਜਾਵੇਗੀ ਅਤੇ ਜਿਹੜੇ ਪ੍ਰਾਈਵੇਟ ਥਰਮਲ ਪਲਾਂਟ ਜਿਹੜੇ ਨੇ ਉਹਨਾਂ ਦੇ ਜਿਹੜੇ ਕੰਟਰੈਕਟ ਨੇ ਉਹ ਰਿਵਿਊ ਕੀਤੇ ਜਾਣਗੇ। ਲੇਕਿਨ 2.5 ਸਾਲ ਦਾ ਸਮਾਂ ਬੀਤ ਚੁੱਕਿਆ ਪਰ ਅਜੇ ਤੱਕ ਨਾ ਤਾਂ ਉਹ ਕੰਟਰੈਕਟ ਰਿਵਿਊ ਹੋਏ ਨੇ, ਉਲਟਾ ਲਗਾਤਾਰ ਬਿਜਲੀ ਦੇ ਦਰਾਂ ਜਿਹੜੀਆਂ ਉਹ ਵਧੀਆਂ ਜਾ ਰਹੀਆਂ ਨੇ। ਇੱਕ ਆਮ ਵਿਅਕਤੀ ਦੇ ਘਰ ਜਿਹਦੇ ਘਰ 2 ਪੱਖੇ ਅਤੇ 2 ਲਾਈਟਾਂ ਨੇ ਉਹਨਾਂ ਦੇ ਜਿਹੜੇ ਬਿੱਲ ਨੇ ਉਹ 24,000 ਰੁਪਏ ਜਿਹੜੇ ਆ ਉਹ ਬਿੱਲ ਆ ਰਹੇ ਨੇ। ਇਸ ਨੂੰ ਲੈ ਕੇ ਅੱਜ ਪਟਿਆਲਾ ਦੇ ਮੁੱਖ ਦਫ਼ਤਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਬਾਹਰ ਧਰਨਾ ਦਿੱਤਾ ਜਾ ਰਿਹਾ। ਉਹਨਾਂ ਦੇ ਅਨੁਸਾਰ ਜੇਕਰ ਸਰਕਾਰ ਉਹਨਾਂ ਦੀ ਡਿਮਾਂਡ ਪੂਰੀ ਨਹੀਂ ਕਰਦੀ, ਉਹਨਾਂ ਦੀ ਮੰਗਾਂ ਪੂਰੀਆਂ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਸ ਧਰਨੇ ਨੂੰ ਹੋਰ ਵੀ ਰੂਪ ਦਿੱਤਾ ਜਾ ਸਕੇਗਾ ਅਤੇ ਇਸ ਨੂੰ ਲੈ ਕੇ ਜਿਹੜਾ ਹੈਗਾ ਉਹ ਜਿਹੜੀ ਸਰਕਾਰ ਦੇ ਖਿਲਾਫ ਇੱਕ ਦਬਾਅ ਬਣਾਉਣ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਲਗਾਤਾਰ ਕੀਤੀ ਜਾ ਰਹੀ ਹੈ। ਪਟਿਆਲਾ ਤੋਂ ਕੈਮਰਾਮੈਨ ਤਜਿੰਦਰ ਦੇ ਨਾਲ Watching Channel Y, a South Asian Canadian channel.